ਹਾਂਜੀ, ਕਿੱਦਾਂ ਸਾਰੇ? ਸਾਰਿਆਂ ਸਤਿ ਸ਼੍ਰੀ ਅਕਾਲ। ਤੇ ਮੈਂ ਇੰਦੀ ਜਸਵਾਲ। ਤੇ ਜਿੱਦਾਂ ਮੈਂ ਗੱਲ ਕੀਤੀ ਸੀ ਭਈ ਮੈਂ ਬੱਬੂ ਮਾਨ ਬਾਰੇ ਵੀਡੀਓ ਕਰਨੀ ਆ, ਤੇ ਮੈਨੂੰ ਬੜੇ ਕਮੈਂਟ ਆਏ, ਮੈਸੇਜ ਆਏ ਭਈ ਤੂੰ ਬੱਬੂ ਮਾਨ ਦੇ ਆਂਟੀ ਬੋਲ ਕੇ ਮਸ਼ਹੂਰ ਹੋਣਾ ਚਾਹੁੰਦਾ। ਸਾਰੀ ਵੀਡੀਓ ਸੁਣਿਓ ਪਲੀਜ਼, ਤੇ ਇੱਕ ਵੀ ਗੱਲ ਜੇ ਮੈਂ ਬੱਬੂ ਮਾਨ ਦੇ ਵਿਰੁੱਧ ਬੋਲੀ ਹੋਈ ਤਾਂ ਮੈਨੂੰ ਕਿਹੋ। ਤੇ ਜੇ ਕੋਈ ਕਿਸੇ ਦੇ ਕੋਈ ਗੱਲ ਕਰਦਾ ਕਿਸੇ ਬਾਰੇ, ਉਹ ਤੋਂ ਸੜਦਾ ਨਹੀਂ ਹੁੰਦਾ, ਫੇਮਸ ਨਹੀਂ ਹੋਣਾ ਚਾਹੁੰਦਾ ਹੁੰਦਾ, ਲੌਜਿਕ ਦੀ ਗੱਲ ਕਰਨੀ ਹੁੰਦੀ ਆ। ਉਦਾਹਰਨ ਹੈ ਬੱਬੂ ਮਾਨ ਦੀ ਦੇ ਦਿੰਦਾ। ਜੇ ਬੱਬੂ ਮਾਨ ਨੇ 32 ਬੋਰ ਗਾਣਾ ਆਇਆ ਸੀ, 32 ਬੋਰ ਵਾਲਾ, ਉਸੇ ਗਾਣੇ ਦੇ ਬਾਰੇ ਗੱਲ ਕੀਤੀ ਸੀ ਵੀ 32 ਬੋਰ ਵਾਲਾ ਤਾਂ ਇੱਦਾਂ। ਤੇ ਬੱਬੂ ਮਾਨ ਨੇ ਗੱਲ ਕੀਤੀ ਭਈ ਗੋਲ ਟੀ ਸ਼ਰਟ ਨਾਲ ਪੱਗ ਨਹੀਂ ਬੰਨੀ ਦੀ, ਕਿਹਦਾ ਮਤਲਬ ਬੱਬੂ ਮਾਨ ਉਹਨਾਂ ਤੋਂ ਸੜਦਾ ਜਿਹਨਾਂ ਬਾਰੇ ਉਹਨੇ ਗੱਲ ਕੀਤੀ? ਹੁਣ ਆਪਣਾ ਲੌਜਿਕ ਰੱਖਿਆ ਸੀ, ਤੇ ਹੁਣ ਇਸ ਤਰ੍ਹਾਂ ਹੀ ਮੈਂ ਆਪਣਾ ਲੌਜਿਕ ਰੱਖਣਾ। ਬੱਬੂ ਮਾਨ ਬਹੁਤ ਹੀ ਤੇਜ਼ ਦਿਮਾਗ ਪਰਸਨ ਆ, ਦਿਮਾਗ ਉਹਦਾ ਬਹੁਤ ਤੇਜ਼ ਆ, ਨੌਲੇਜ ਉਹਨੂੰ ਬਹੁਤ ਆ, ਬਹੁਤ ਪੜ੍ਹਿਆ ਲਿਖਿਆ, ਤੇ ਉਹਦੀ ਸੋਚ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ, ਨੇੜੇ ਤੇੜੇ ਵੀ ਨਹੀਂ ਉਹਦੀ ਸੋਚ ਦੇ ਅਸੀਂ। ਤੇ ਉਹ ਸਮੇਂ ਦੀ ਨਬਜ਼ ਪਛਾਣ ਕੇ ਚੱਲਣ ਵਾਲਾ ਵਿਅਕਤੀ ਇਸ ਲਈ ਕਾਮਯਾਬ ਆ। ਪਹਿਲਾਂ ਉਹਨੇ ਇੱਕ ਵਾਰ ਗਾਣਾ ਗਾਇਆ ਸੀ, ਸਾਡਾ ਪੰਜਾਬ ਮਾਨਾ ਸਾਡਾ ਕਸ਼ਮੀਰ, ਉਹ 1 ਇੰਚ ਛੱਡਣਾ ਨਹੀਂ, ਖਿੱਚਤੀ ਲਕੀਰੇ ਹੋਏ ਹੱਦੋਂ ਪਾਰ ਅੱਤਵਾਦ ਪਊ ਬੰਦ ਕਰਨਾ, ਹੁਣ ਨਹੀਂ ਉਹ ਸਰਨਾ, ਹੁਣ ਨਹੀਂ ਉਹ ਸਰਨਾ। ਉਦੋਂ ਪਾਕਿਸਤਾਨ ਨੂੰ ਉਹਨੇ ਕਿਹਾ ਸੀ ਵੀ ਅੱਤਵਾਦ ਬੰਦ ਕਰੋ, ਤੇ ਹੁਣ ਜੇ ਉਹਨੇ ਕਹਿਤਾ ਭਈ ਪਾਕਿਸਤਾਨ ਤਾਂ ਵੀਰ ਆ, ਖਤਰਾ ਤਾਂ ਚੀਨ ਤੋਂ। ਤੇ ਬੱਬੂ ਮਾਨ ਦੇ ਗਾਣਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੇ ਸਿੱਖਣ ਵਾਲਾ ਹੋਵੇ। ਇੱਕ ਗਾਣੇ 'ਚ ਉਹਨੇ ਜ਼ਿਕਰ ਕੀਤਾ ਸੀ ਬੈਠਾ ਜੇਲ੍ਹ 'ਚ ਨਜ਼ਾਰੇ ਲੈਂਦਾ ਤੇਲਗੀ, ਹੁਣ ਕਈਆਂ ਨੂੰ ਪਤਾ ਹੀ ਨਹੀਂ ਹੋਣਾ ਤੇਲਗੀ ਕੌਣ ਹੈ ਜੋ ਵੀ ਆ। ਤੇ ਉਹਦੀ ਨੌਲੇਜ ਦੇ ਬਦੌਲਤ ਹੀ ਉਹਨੂੰ ਵਰਲਡ ਮਿਊਜ਼ਿਕ ਅਵਾਰਡ ਮਿਲ ਗਿਆ। ਵਰਲਡ ਮਿਊਜ਼ਿਕ ਅਵਾਰਡ ਮਨਾਕੋ ਦਾ ਪ੍ਰਿੰਸ ਅਲਬਰਟ ਕਰਾਉਂਦਾ, ਤੇ 2011 12 13 ਤੇ 15 16 'ਚ ਤਾਂ ਹੋਏ ਨਹੀਂ, ਜਦੋਂ ਕਿ ਉਹਦਾ ਦਿਲ ਕਰਦਾ ਕਰਾ ਦਿੰਦਾ ਆ ਭਈ, ਉਹ 'ਚ ਨੋਮੀਨੇਸ਼ਨ ਆਪ ਹੀ ਭੇਜਣੀ ਪੈਂਦੀ ਆ। ਹੁਣ ਬਾਕੀ ਸਿੰਗਰਾਂ ਵਿਚਾਰਿਆਂ ਨੂੰ ਨੌਲੇਜ ਹੀ ਹੈ ਨਹੀਂ ਇੰਨੀ, ਪੰਜਾਬੀਆਂ ਨੂੰ ਭਈ ਇਹ ਵੀ ਕੋਈ ਵਾਰਡ ਆ, ਤੇ ਬੱਬੂ ਮਾਨ ਨੂੰ ਨੌਲੇਜ ਸੀ, ਉਹਨੇ ਨੋਮੀਨੇਸ਼ਨ ਭੇਜਤੀ ਤੇ ਜਿੱਤ ਗਿਆ। ਆਪ ਹੀ ਨੋਮੀਨੇਸ਼ਨ ਭੇਜਣੀ ਪੈਂਦੀ ਆ, ਮਤਲਬ ਕੋਈ ਜਿਊਰੀ ਨਹੀਂ, ਜਿੱਦਾਂ ਗ੍ਰੈਮੀ ਅਵਾਰਡ ਜਿਊਰੀ ਭਈ ਜਿੱਦਾਂ ਭਈ ਨਾ ਕਰਦੇ ਆ ਭਈ ਆਹ ਬੰਦਾ ਚੋਣ, ਜਿਊਰੀ ਜੁਆਰੀ ਕੋਈ ਨਹੀਂ, ਭਈ ਆਪ ਹੀ ਨੋਮੀਨੇਸ਼ਨ ਕਰਕੇ ਤੇ ਜਿੱਤ ਸਕਦੇ। ਤੇ ਆ ਹੁਣ ਅਵਾਰਡ ਨਵਾਂ ਇੱਕ ਦਫ ਬਾਮਾ, ਇਹ ਜਰਮਨ ਦੀ ਕੰਪਨੀ ਆ, ਡੈਫ ਬਾਮਾ ਹੋਣਾ, ਕਈ ਪੋਸਟ ਪਾਉਂਦਾ ਹੈ ਆਨਲਾਈਨ ਵੋਟਿੰਗ, ਉਹ ਵੀ ਉਹੀ ਹਿਸਾਬ ਕਿਤਾਬ ਆ। ਤੇ ਮੇਰੇ ਕਹਿਣ ਦਾ ਮਤਲਬ ਆ ਭਈ, ਹੁਣ ਬੱਬੂ ਮਾਨ ਦੇ ਫੈਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਭਈ, ਭਰਾ ਮੇਰੇ ਤੁਸੀਂ ਵੀ ਲੌਜੀਕਲ ਬਣੋ, ਜਿੱਦਾਂ ਦੀ ਉਹਦੀ ਸੋਚ ਆ, ਜਿੱਦਾਂ ਦਾ ਉਹਦਾ ਦਿਮਾਗ ਆ, ਤੁਸੀਂ ਵੀ ਉਦਾਂ ਦੇ ਬਣੋ, ਉਹਦੀ ਸੋਚ ਦੇ ਮੁਤਾਬਿਕ ਬਣੋ। ਕਿਸੇ ਨੂੰ ਨੈੱਟ ਦੇ ਗਾਲਾਂ ਕੱਢ ਕੇ ਇੰਟਰਨੈਟ ਬੈਰੀਅਰ ਬਣ ਕੇ ਕੁਛ ਨਹੀਂ ਮਿਲਣਾ, ਇਸ ਨਾਲ ਬੱਬੂ ਮਾਨ ਦੀ ਛਵੀ ਖਰਾਬ ਹੁੰਦੀ ਤੁਹਾਡੇ ਕਰਕੇ। ਮੈਂ ਕਈਆਂ ਤੋਂ ਪੁੱਛਿਆ ਪਰਸਨਲੀ, ਕਈਆਂ ਤੋਂ ਭਈ ਜਿੱਦਾਂ ਭਈ ਦਲਜੀਤ ਅਮਰਿੰਦਰ ਗਿੱਲ ਦੀਆਂ ਫਿਲਮਾਂ ਇੰਨਾ ਵਧੀਆ ਰਿਸਪੌਂਸ ਕਿਉਂ ਮਿਲਦਾ, ਬੱਬੂ ਮਾਨ ਦੀਆਂ ਫਿਲਮਾਂ ਫੈਮਲੀਆਂ ਕਿਉਂ ਨਹੀਂ ਦੇਖਦੀਆਂ? ਜ਼ਿਆਦਾ ਲੋਕਾਂ ਨੇ ਇਹੀ ਕਿਹਾ ਭਈ ਉਹਦੇ ਫੈਨ ਮੁੰਡੇ ਜ਼ਿਆਦਾ, ਜਿੱਦਾਂ ਪੰਜਾਬੀ 'ਚ ਵਾਰਡ ਆ ਜਾਂਦਾ ਮਢੀਰ, ਭਈ ਮਢੀਰੇ ਹੁਣੀ ਸਿਨੇਮਿਆਂ 'ਚ, ਇਸ ਲਈ ਫੈਮਲੀਆਂ ਦੇਖਣ ਨਹੀਂ ਜਾਂਦੀਆਂ। ਤੇ ਇਸ ਦਾ ਨੁਕਸਾਨ ਬੱਬੂ ਮਾਨ ਨੂੰ ਪਰਸਨਲੀ ਹੋ ਰਿਹਾ, ਤੁਹਾਡੀ ਕੱਟੜਤਾ ਦਾ, ਜਿੱਦਾਂ ਜਿਹੜੇ ਫੈਨ ਆ ਭਈ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਆ ਅਸੀਂ, ਕੱਟੜ ਫੈਨ, ਚਲੋ ਠੀਕ ਆ ਫੈਨ ਹੋਣਾ ਚਾਹੀਦਾ, ਬਟ ਕਿਸੇ ਨੂੰ ਮਾੜਾ ਕਿਉਂ ਕਹਿਣਾ? ਚਲੋ ਹੁਣ ਜੋ ਮੈਂ ਵੀਡੀਓ ਪਾਈ ਆ, ਸੌਰੀ ਜੇ ਮੈਂ ਇੱਕ ਵੀ ਗੱਲ ਬੱਬੂ ਮਾਨ ਦੇ ਖਿਲਾਫ ਬੋਲੀ ਆ, ਤੁਸੀਂ ਮੈਨੂੰ ਕਹਿ ਸਕਦੇ ਆ, ਦੱਸੋ ਬਾਈ ਤੂੰ ਇੱਥੇ ਗੱਲ ਤੇ, ਤੂੰ ਆਹ ਗੱਲ ਕੋਲੋਂ ਬਣਾਈ ਆ ਤੇ ਤੂੰ ਫੇਮ ਚਾਹੁੰਦਾ ਬੱਬੂ ਮਾਨ ਦੇ ਵਿਰੁੱਧ ਬੋਲ ਕੇ, ਤੇ ਇੰਨੀ ਕੁ ਵੀਡੀਓ ਸੀ ਤੇ ਮੈਨੂੰ ਦੱਸਿਓ ਕਿੱਥੇ ਬੱਬੂ ਮਾਨ ਦੇ ਵਿਰੁੱਧ ਬੋਲਿਆ ਮੈਂ, ਜੋ ਲੌਜਿਕ ਸੀਗੇ ਉਹੀ ਪੇਸ਼ ਕਰਦੇ ਆ ਮੈਂ, ਤੇ ਹੱਸਦੇ ਰਹੋ ਵੱਸਦੇ ਰਹੋ।